ਖਦਰਾਨੇ ਢਾਬ ਗੁਰਦੁਆਰਾ ਮਾਈ ਭਾਗੋ ਦਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਲ੍ਹਾ ਆਨੰਦਪੁਰ ਤੋਂ ਜਦੋਂ ਭੁੱਖ ਪਿਆਸ ਤੋਂ ਤੰਗ ਆਏ 40 ਸਿੰਘ ਘਰਾਂ ਨੂੰ ਪੁੱਜੇ ਅਤੇ ਉਹਨਾਂ ਨੇ ਆਪਣੀ ਵਾਰਤਾ ਘਰ ਵਾਲੀਆਂ ਨੂੰ ਦੱਸੀ ਤਾਂ ਘਰ ਵਾਲੀਆਂ ਨੇ ਉਹਨਾਂ ਨੂੰ ਲਾਹਨਤਾਂ ਪਾਈਆਂ ਅਤੇ ਕਿਹਾ ਕਿ ਤੁਸੀਂ ਗੁਰੂ ਜੀ ਨੂੰ ਛੱਡ ਕੇ ਚੰਗਾ ਨਹੀਂ ਕੀਤਾ, ਹੁਣ ਤੁਸੀਂ ਘਰ ਬੈਠੋ, ਅਸੀਂ ਔਰਤਾਂ ਹੀ ਜੰਗ ਲੜਨ ਜਾਂਦੀਆਂ ਹਾਂ। ਇਹ ਤਾਨੇ ਮੀਣੇ ਨਾ ਸਹਾਰਦੇ ਹੋਏ ਮਾਈ ਭਾਗੋ ਦੀ ਪ੍ਰੇਰਨਾ ਤੇ ਉਸ ਦੀ ਅਗਵਾਈ ਹੇਠ ਉਹ ਗੁਰੂ ਜੀ ਨੂੰ ਭਾਲਦੇ ਭਾਲਦੇ ਇੱਥੇ ਆ ਗਈ। ਮਾਈ ਭਾਗੋ ਬਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗੁਰੂ ਜੀ ਨਾਲ ਨੰਦੇੜ ਦੱਖਣ ਵੱਲ ਗਏ ਤੇ ਉੱਥੇ ਉਹ ਜੋਤੀ ਜੋਤ ਸਮਾਈ ਤੇ ਉੱਥੇ ਉਹਨਾਂ ਦੇ ਨਾਂ ਦਾ ਬੁੰਗਾ ਮੌਜੂਦ ਹੈ। ਮਾਈ ਭਾਗੋ ਗੁਰਦੁਆਰਾ ਤੰਬੂ ਸਾਹਿਬ ਦੇ ਨੇੜੇ ਹੈ। ਇੱਥੇ ਇਹ ਵਰਣਨ ਯੋਗ ਹੈ ਕਿ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਮੁਕਤਸਰ ਦੇ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਮੁਕੰਮਲ ਕਰਵਾਈ, ਜਿਨ੍ਹਾਂ ਵਿੱਚ ਗੁਰਦੁਆਰਾ ਸ਼ਹੀਦਗੰਜ, ਤੰਬੂ ਸਾਹਿਬ, ਸਰੋਵਰ ਦੇ ਆਲੇ ਦੁਆਲੇ ਬਰਾਂਡੇ ਤੇ ਮਾਈ ਭਾਗੋ ਅਤੇ ਲੰਗਰ ਹਾਲ ਦੀ ਇਮਾਰਤਾਂ ਸ਼ਾਮਲ ਹਨ। ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਕਰੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।